ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੇ ਐਪੀਸੋਡ ਵਿੱਚ ਅਸੀਂ ਤੁਹਾਡੇ ਨਾਲ ਕੜਾਹੀ ਪਨੀਰ ਦੀ ਰੈਸਪੀ ਸ਼ੇਅਰ ਕਰਾਂਗੇ ਕੜਾਹੀ ਪਨੀਰ ਬਣਾਉਣ ਵਾਸਤੇ ਆਪਾਂ ਇਹ ਇੰਗਰੀਡੀਅੰਟ ਲਏ ਆ ਬਰੀਕ 2 ਕੱਟੇ ਪਿਆਜ਼ ਅਦਰਕ ਇਹ ਵੈਜੀਟੇਬਲ ਲਏ ਆ ਗ੍ਰੀਨ ਕੈਪਸੀਕਮ ਯੈਲੋ ਟਮਾਟੋ ਪਿਆਜ਼ ਵੱਡੇ ਪੀਸ ਸਾਰਾ ਕੁਛ ਕੱਟ ਲਿਆ ਆ ਟਮਾਟੋ ਪੇਸਟ ਪਨੀਰ ਦੇਗੀ ਮਿਰਚ ਕਰੀਮ ਕੁਝ ਮਸਾਲੇ ਪਾਵਾਂਗੇ ਇਹ ਮਸਾਲੇ ਨੂੰ ਆਪਾਂ ਰੋਸਟ ਕਰਾਂਗੇ ਰੋਸਟ ਕਰਕੇ ਕੜਾਹੀ ਪਨੀਰ ਵਿੱਚ ਪਾਵਾਂਗੇ ਗੈਸ ਨੂੰ ਆਨ ਕਰਾਂਗੇ ਇਹ ਮਸਾਲਾ ਬਣਾਉਣ ਵਾਸਤੇ ਰੈਡ ਡਰਾਈ ਚਿੱਲੀ ਲਈ ਆ ਕਾਲੀ ਮਿਰਚ ਇਲਾਇਚੀ ਜੀਰਾ ਸੌਂਫ ਸਾਬਤ ਮਸਾਲਾ ਥੋੜ੍ਹਾ ਜਿਹਾ ਸੋਲਟ ਪਾਵਾਂਗੇ ਵਧੀਆ ਭੁੱਜੂਗਾ ਮਸਾਲਾ ਆਪਣਾ ਸਾਬਤ ਮਸਾਲਾ ਲੋਅ ਫਲੇਮ 'ਤੇ ਭੁੰਨਣਾ ਆ ਹਾਂਜੀ ਦੇਖੋ ਜੀ ਆਪਣਾ ਮਸਾਲਾ ਰੋਸਟ ਹੋਣਾ ਸ਼ੁਰੂ ਹੋ ਗਿਆ ਆ ਥੋੜ੍ਹਾ ਥੋੜ੍ਹਾ ਸਮੋਕ ਆਉਂਦਾ ਆ ਵਧੀਆ ਟੇਸਟ ਬਣਨਾ ਇਹਦੇ ਨਾਲ ਰੈਡੀ ਆ ਹੁਣ ਤੁਸੀਂ ਇਹਨੂੰ ਬਲੈਕ ਨਹੀਂ ਕਰਨਾ ਬਸ ਬਰਾਊਨ ਕਰਨਾ ਰੈਡੀ ਆ ਆਪਣਾ ਮਸਾਲਾ ਗ੍ਰੇਵੀ ਬਣਾਉਣ ਵਾਸਤੇ ਪੈਨ ਰੱਖਾਂਗੇ ਮਸਾਲੇ ਨੂੰ ਠੰਡਾ ਹੋਣ ਦੇਵਾਂਗੇ ਥੋੜ੍ਹਾ ਪੀਸਣਾ ਆ ਦੜ ਫੜ ਕਰਨਾ ਆ ਪਾਊਡਰ ਨਹੀਂ ਬਣਾਉਣਾ ਬਸ ਇਸ ਤਰ੍ਹਾਂ ਚਾਹੀਦਾ ਓਇਲ ਜਿੰਜਰ ਪਿਆਜ਼ ਹਾਂਜੀ ਇੱਕ ਸਾਈਡ 'ਤੇ ਆਪਣਾ ਤੁੜਕਾ ਭੁੱਜਦਾ ਆ ਦੂਸਰੀ ਸਾਈਡ 'ਤੇ ਆਪਾਂ ਵੈਜੀਟੇਬਲ ਰੋਸਟ ਕਰਨ ਲੱਗੇ ਹਾਂ ਓਇਲ ਗਾਰਲਿਕ ਪੇਸਟ ਟਮਾਟੋ ਪੇਸਟ ਤੁਸੀਂ ਗੋਲਡਨ ਬਰਾਊਨ ਹੋਣ ਤੱਕ ਇਹਨਾਂ ਨੂੰ ਰੋਸਟ ਕਰਨਾ ਆ ਜ਼ਿਆਦਾ ਨਹੀਂ ਕ੍ਰੰਚੀ ਕੁਛ ਵੀ ਰੱਖਣਾ ਆ ਸਰੀਰ ਨੂੰ ਬਦਲਦੇ ਰਹਿਣਾ ਹੈ ਟਮਾਟਰ ਰੋਸਟ ਕੀਤਾ ਹੋਇਆ ਮਸਾਲਾ ਦੇਗੀ ਮਿਰਚ 1 ਚਮਚ ਲੂਣ ਥੋੜ੍ਹਾ ਮਿਰਚ ਸਵਾਦ ਅਨੁਸਾਰ ਕਰੀਮ
ਹਾਂਜੀ ਦੇਖੋ ਜੀ ਕੜਾਹੀ ਪਨੀਰ ਬਣ ਕੇ ਤਿਆਰ ਵਾ ਹੁਣ ਆਪਾਂ ਇਹਦੇ 'ਤੇ ਧਨੀਆ ਪਾਵਾਂਗੇ ਵਾਹ ਗੈਸ ਨੂੰ ਬੰਦ ਕਰਾਂਗੇ ਕੜਾਹੀ ਪਨੀਰ ਬਣ ਕੇ ਤਿਆਰ ਹੈ ਜੀ ਹਾਂਜੀ ਦੇਖੋ ਜੀ ਆਪਣਾ ਕੜਾਹੀ ਪਨੀਰ ਬਣ ਕੇ ਤਿਆਰ ਹੈ ਸਾਰੇ ਜਣੇ ਖਾ ਲਓ ਦੇਖਣ ਨੂੰ ਬਹੁਤ ਸਵਾਦ ਲੱਗਦਾ ਆ ਖਾ ਕੇ ਦੱਸਾਂਗੇ ਕਿੱਦਾਂ ਦਾ ਬਣਿਆ ਤੁਸੀਂ ਵੀ ਦੱਸਣਾ ਖਾਧਾ ਕਿ ਨਹੀਂ ਖਾਧਾ ਥੈਂਕ ਯੂ ਸਾਰਿਆਂ ਦਾ ਆਪਾਂ ਨੈਕਸਟ ਵੀਡੀਓ 'ਚ ਮਿਲਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬਾਏ ਸੀ ਯੂ ਨੈਕਸਟ ਵੀਡੀਓ